ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਸਰਕਲ ਸ਼ਾਹਕੋਟ ਵੱਲੋਂ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਮਾਰਕਫੈਡ ਦੀਆਂ ਧੱਕੇਸ਼ਾਹੀਆਂ ਖਿਲਾਫ ਮਾਰਕਫੈਡ ਦਫ਼ਤਰ ਸ਼ਾਹਕੋਟ ਮੋਹਰੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਨਿੰਦਰ ਮੋਹਨ ਸ਼ਰਮਾ, ਜ਼ਿਲ੍ਹਾ ਪ੍ਰਧਾਨ ਜਲੰਧਰ, ਦੇਸਰਾਜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। इस मौके आगुआ ने संबोधित करते कहा कि मार्कफेड वालों सभावां नूं खत्म करने लई नवे नियम बनाए जा रहे हैं, जिसका यूनियन वालों सख्त विरोध किया जाता है। उन्होंने कहा कि मार्कफेड वालों सभावां नूं लोड अनुसार खाद नहीं भेजी जा रही, जिस कारण किसानों नूं भी परेशानी झलनी पै रही है। उन्होंने यह भी कहा कि यूरिया खाद के ट्रक नाल धक्के नाल सभावां नूं 30 तों 35 बोरियां कैटल फीड दियां लैण लई मजबूर किया जाता है। मार्कफेड की कैटल फीड जेकर वधिया होवे तां उसनूं बाहर वेचा जा सकता है, पर फीड बाहर ना विकण कारण उसनूं धक्के नाल सभावां नूं वेचा जा रहा है, जबकि सभावां पहलां ही घट विच जा रहियां ने। उन्होंने कहा कि मार्कफेड वालों दवाइयां दे रेट भी वधा दिते गए ने, जिस कारण किसानां ते वड्डा बोझ पै गया। उन्होंने कहा कि जेकर मार्कफेड ने अजिहे गलत नियम रद्द ना कीते तां संघर्ष नूं होर तिखा कीता जाएगा। इस मौके मार्कफेड खिलाफ जम के नारेबाजी भी हुई। शाहकोट तो आजाद सचदेवा की रिपोर्ट। वधेरे खबरां लई तुसीं देखदे रहो अजीत वैब टीवी। ਭੋਗਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੋਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੋਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ ਮੈਨੇ, ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ, ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ 'ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਅਤੇ ਕਰੋੜਾਂ ਦੀ ਸੰਪੱਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਅੱਜ ਅਸੀਂ ਬਲਾਕ ਸ਼ਾਹਕੋਟ ਵਿੱਚ ਸਹਿਕਾਰੀ ਕਰਮਚਾਰੀ ਯੂਨੀਅਨ ਇਕੱਤਰ ਹੋਏ ਹਾਂ ਮਾਰਕਫੈਡ ਦੇ ਜਿਹੜੇ ਧੱਕੇਸ਼ਾਹੀ ਆ, ਮਾਰੂ ਨੀਤੀਆਂ ਆ, ਕਿਉਂਕਿ ਖਾਦ ਇਸ ਸੀਜ਼ਨ ਦੇ ਵਿੱਚ ਸਾਨੂੰ ਬਿਲਕੁਲ ਬਹੁਤ ਘੱਟ ਸੇਵਾਵਾਂ ਨੂੰ ਸਪਲਾਈ ਹੋਈ ਹੈ ਅਤੇ ਹੁਣ ਰੈਕ ਹਜੇ ਆਉਣਾ ਆ, ਤਾਂ ਮਾਰਕਫੈਡ ਨੇ ਪਹਿਲਾਂ ਸਾਨੂੰ ਨਾਲ ਖਾਦ ਦੇ ਫੀਡ ਥੋਪਣ ਲਈ ਸਾਰੇ ਸਹਿਕਾਰੀ ਵੀਰਾਂ ਨੂੰ ਮਜਬੂਰ ਕੀਤਾ। ਉਸਦੇ ਸੰਬੰਧ ਦੇ ਵਿਰੋਧ ਵਿੱਚ ਅੱਜ ਬਲਾਕ ਸ਼ਾਹਕੋਟ ਵਿੱਚ ਜ਼ਿਲ੍ਹਾ ਪ੍ਰਧਾਨ ਨਿੰਦਰ ਮੋਹਨ ਜੀ ਔਰ ਬਲਾਕ ਫਲੋਰ ਤੋਂ ਦੇਸਰਾਜ ਜੀ ਪਹੁੰਚੇ ਨੇ ਔਰ ਸਾਰੇ ਸਭਾਵਾਂ ਤੋਂ ਵੱਖ ਵੱਖ ਤੋਂ, ਬਲਾਕ ਸ਼ਾਹਕੋਟ ਅਤੇ ਨਕੋਦਰ ਦੀਆਂ ਸਭਾਵਾਂ ਤੋਂ ਸਾਰੇ ਸਕੱਤਰ ਇੱਥੇ ਪਹੁੰਚੇ ਨੇ ਔਰ ਮਾਰਕ ਸਾਹਿਬ ਫੈਡ ਦੇ ਵਿੱਚ ਇਸ ਰੋਸ ਧਰਨਾ ਲਾਇਆ, ਜਿਸ ਦੇ ਸੰਬੰਧ ਵਿੱਚ ਅੱਜ ਸਾਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਸੋਸਾਇਟੀਆਂ ਦੇ ਵਿੱਚ ਖਾਦ ਜਿਹੜੀ ਮਿਲ ਨਹੀਂ ਰਹੀ, ਜ਼ਿਮੀਦਾਰ ਸਾਨੂੰ ਤੰਗ ਕਰ ਰਹੇ ਨੇ, ਜੇ ਖਾਦ ਦੇ ਨਾਲ ਕੁਛ ਵਾਧੂ ਸੌਂਪਿਆ ਜਾ ਰਿਹਾ ਤਾਂ ਕਿਸਾਨ ਤਾਂ ਅੱਗੇ ਮਰ ਰਹੇ ਨੇ। ਕਿਸਾਨਾਂ ਨੂੰ ਹੋਰ ਉੱਚਾ ਚੁੱਕਣ ਲਈ ਮਾਰਕਫੈਡ ਨੂੰ ਸਭਾਵਾਂ ਦਾ ਸਾਥ ਦੇਣਾ, ਸਭਾਵਾਂ ਵੀ ਜਿਹੜੀਆਂ ਹੈ ਇਹ ਅੱਜ ਦੇ ਦੌਰ ਵਿੱਚ ਘਾਟੇ ਵਿੱਚ ਜਾ ਰਹੀਆਂ, ਇਸ ਕਰਕੇ ਅਸੀਂ ਆਪਣੇ ਉੱਪਰਲੇ ਅਫਸਰਾਂ ਤੱਕ ਆਵਾਜ਼ ਪਹੁੰਚਾਉਣ ਲਈ ਅੱਜ ਇਹ ਧਰਨਾ ਜਿਹੜਾ ਹੈ ਰੋਸ ਦੇ ਵਿੱਚ ਪੂਰੇ ਬਲਾਕ ਸ਼ਾਹਕੋਟ ਵੱਲੋਂ ਦਿੱਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਪਹੁੰਚ ਕੇ ਵੀਰ ਇਸ ਵਿੱਚ ਸਵੀਕ੍ਰਿਤ ਕਰ ਰਹੇ ਨੇ। ਸ਼ਾਹਕੋਟ ਮਾਰਕਫੈਡ ਦੇ ਖਿਲਾਫ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸਰਕਲ ਸ਼ਾਹਕੋਟ ਵੱਲੋਂ ਦਿੱਤੇ ਸੱਦੇ 'ਤੇ ਧਰਨਾ ਲਾਇਆ ਜਾ ਰਿਹਾ। ਮਾਰਕਫੈਡ ਵੱਲੋਂ ਸਹਿਕਾਰੀ ਸਭਾਵਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਜਿਹੜਾ ਉਹ ਕੀਤਾ ਜਾ ਰਿਹਾ। ਯੂਰੀਆ ਖਾਦ ਦੀ ਬਹੁਤ ਜ਼ਿਆਦਾ ਸ਼ੋਰਟੇਜ ਹੋਣ ਦੇ ਬਾਵਜੂਦ ਯੂਰੀਆ ਖਾਦ ਦੇ ਨਾਲ ਇੱਕ ਸ਼ਰਤ ਨਾਲ ਰੱਖ ਦਿੱਤੀ ਵੀ 50 ਬੋਰੇ ਫੀਡ ਜਾਂ 30 ਬੋਰੇ ਫੀਡ ਜਿਹੜਾ ਕੋਈ ਲਊਗਾ ਅਸੀਂ ਯੂਰੀਆ ਖਾਦ ਉਹਨੂੰ ਦੇਵਾਂਗੇ। ਕਿਸਾਨੀ ਅੱਗੇ ਮਰਦੀ ਜਾ ਰਹੀ ਆ, ਜਿਹੜੇ ਇਹ ਸਭਾਵਾਂ ਆ ਕਿਸਾਨਾਂ ਦੀ ਸੇਵਾ ਕਰ ਰਹੀਆਂ ਆ। ਜੇ ਅੱਜ ਫੀਡ ਵੀ ਉਹਨਾਂ ਦੇ ਗਲੇ ਮੜ ਦਿੱਤੀ ਜਾਵੇ ਤਾਂ ਉਹਨਾਂ ਕਿਸਾਨ ਵੀਰਾਂ ਦਾ ਕੀ ਬਣੂਗਾ? ਇਸ ਤਰੀਕੇ ਦੇ ਨਾਲ ਕਿਸਾਨਾਂ ਦੀ ਲੁੱਟ ਜਿਹੜੀ ਆ ਸਹਿਕਾਰੀ ਸਭਾਵਾਂ ਰਾਹੀਂ ਮਾਰਕਫੈਡ ਜਿਹੜਾ ਅੰਨੀ ਲੁੱਟ ਕਰਦਾ ਜਾ ਰਿਹਾ ਆ, ਉਹਨੂੰ ਰੋਕਣ ਵਾਸਤੇ ਅੱਜ ਸ਼ਾਹਕੋਟ ਵਿਖੇ ਧਰਨਾ ਦਿੱਤਾ ਜਾ ਰਿਹਾ। ਜੇ ਇਹਨਾਂ ਦੀਆਂ ਨੀਤੀਆਂ ਇੱਦਾਂ ਰਹਿਣਗੀਆਂ, ਅੱਜ ਅਸੀਂ ਜ਼ਿਲ੍ਹਾ ਜਥੇਬੰਦੀ ਵੱਲੋਂ ਸ਼ਿਰਕਤ ਕੀਤੀ ਆ ਇੱਥੇ, ਨਾਲ ਇਹ ਫੈਸਲਾ ਲਿਆ ਆ ਜੇ ਇਹਨਾਂ ਦੀ ਇੱਦਾਂ ਰਹੀ ਤਾਂ ਇਹਨਾਂ ਦੇ ਜਲੰਧਰ ਦਫ਼ਤਰ ਵਿਖੇ ਧਰਨਾ ਵੀ ਲੱਗੂਗਾ
जे सानू रोज़ रूटीन दे विच धरने लाने पे वह भी लावांगे, जे मरन वरते बहना पे तां भी बैठांगे। अज ये असी इत्थों इन्हां नू एक सूचना तहत अज ये संकेतक धरना लाया आ भी इन्हां मारू नीतियां तो पिछे हट जाओ। सभावां जिहड़ियां आ 243 सभावां जलंधर जिले दियां आ, 3526 सभावां स्टेट दियां आ, पूरे पंजाब दियां आ, जिन्हां दे विचों इन्हां दियां मारू नीतियां करके 33% सभावां जिहड़ियां ਉਹ ਘਾਟੇ ਵਿੱਚ ਚੱਲ ਰਹੀਆਂ ਆ। ਅਸੀਂ ਵਾਰ ਵਾਰ ਅਫਸਰਸ਼ਾਹੀ ਨੂੰ ਵੀ ਇਸ ਗੱਲ ਲਈ ਚੇਤਾਵਨੀ ਦਿੰਦੇ ਹਾਂ ਵੀ ਮਾਰਕਫੈਡ ਦੇ ਜਿਹੜੀ ਨੱਥ ਛੇਤੀ ਤੋਂ ਛੇਤੀ ਪਾ ਲਈ ਜਾਵੇ ਤਾਂ ਕਿ ਇਹ ਸਾਡੇ ਮੁਲਾਜ਼ਮਾਂ ਦੇ ਨਾਲ, ਸਾਡੀਆਂ ਸਭਾਵਾਂ ਦੇ ਨਾਲ, ਸਭਾਵਾਂ ਰਾਹੀਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਜਿਹੜੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਬੜੇ ਲੰਮੇ ਸਮੇਂ ਤੋਂ, ਉਹਨੂੰ ਬੰਦ ਕਰਵਾ ਦਿੱਤਾ ਜਾਵੇ ਤਾਂ ਸਾਨੂੰ ਕੋਈ ਸਖ਼ਤ ਕਦਮ ਜਿਹੜਾ ਉਹ ਨਾ ਚੁੱਕਣਾ ਪਵੇ। ਅੱਜ ਅਸੀਂ ਸਾਰੇ ਸਹਿਕਾਰੀ ਕਰਮਚਾਰੀ ਯੂਨੀਅਨ ਸ਼ਾਹਕੋਟ ਦੇ ਵਿੱਚ ਮਾਰਕਫੈਡ ਦੇ ਦਫ਼ਤਰ ਦੇ ਵਿੱਚ ਇੱਕ ਰੋਸਮਈ ਧਰਨਾ ਲਾਇਆ, ਕਿਉਂਕਿ ਮਾਰਕਫੈਡ ਨੇ ਇੱਕ ਸੁਸਾਇਟੀਆਂ ਨੂੰ ਮਾਰਨ ਵਾਸਤੇ ਇੱਕ ਐਸਾ ਕਾਨੂੰਨ ਬਣਾ ਲਿਆ ਕਿ ਜੇ ਇੱਕ ਟਰੱਕ ਯੂਰੀਏ ਦਾ ਤੁਸੀਂ ਲੈਂਦੇ ਹੋ ਤਾਂ ਉਹਦੇ ਨਾਲ 30 ਜਾਂ 35 ਬੋਰੀਆਂ ਜਿਹੜੀਆਂ ਉਹ ਕੈਟਲ ਫੀਡ ਦੀਆਂ ਦਿੱਤੀਆਂ ਜਾਣਗੀਆਂ। ਕਿਉਂਕਿ ਜਿਹੜੀ ਇਹਨਾਂ ਦੀ ਕੈਟਲ ਫੀਡ ਹੈ ਜੇਕਰ ਉਹ ਇੰਨੀ ਵਧੀਆ ਹੋਵੇ ਤਾਂ ਮਾਰਕਫੈਡ ਬਾਹਰ ਵੀ ਵੇਚ ਸਕਦੀ ਹੈ, ਪਰ ਉਹ ਨਾ ਬਾਹਰ ਵਿਕਦੀ ਹੋਈ ਅਤੇ ਉਹ ਸੁਸਾਇਟੀਆਂ ਨੂੰ ਥੋਪੀ ਜਾਂਦੀ ਹੈ। ਸੋ ਬੇਨਤੀ ਕਰਨ ਵਾਸਤੇ ਅੱਜ ਇਹਨਾਂ ਨੂੰ ਸੁਚੇਤ ਕਰਨ ਵਾਸਤੇ ਆਏ ਹਾਂ ਕਿ ਜੇਕਰ ਤੁਸੀਂ ਇਹ ਕਾਲੇ ਕਾਨੂੰਨ ਜਿਵੇਂ ਸੈਂਟਰ ਨੇ ਬਣਾਏ ਆ, ਜੇਕਰ ਤੁਸੀਂ ਇਸ ਤਰ੍ਹਾਂ ਸੁਸਾਇਟੀਆਂ ਲਈ ਬਣਾ ਦਿਓਗੇ ਅਤੇ ਉਹ ਕਿਸਾਨਾਂ ਦਾ ਜਿਹੜਾ ਧਰਨਾ ਹੈ ਉੱਥੇ ਚੱਲਦਾ, ਉਹ ਕਿਤੇ ਇਹ ਨਾ ਹੋਵੇ ਵੀ ਉਹ ਮਾਰਕਫੈਡ ਦੇ ਦਫ਼ਤਰਾਂ ਮੋਹਰੇ ਲੱਗਣਾ ਸ਼ੁਰੂ ਹੋ ਜਾਏ। ਸੋ ਅੱਜ ਇਹਨਾਂ ਨੂੰ ਆਗਾਜ਼ ਕਰਨ ਆਏ ਹਾਂ, ਸੁਚੇਤ ਕਰਨ ਆਏ ਹਾਂ ਕਿ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਨੂੰ ਮਾਰੂ ਨੀਤੀਆਂ ਨੂੰ ਬੰਦ ਕਰੋ, ਲੋਕਾਂ ਦਾ ਸਾਥ ਦਿਓ ਔਰ ਯੂਰੀਆ ਦੀ ਜਿਹੜੀ ਡਿਮਾਂਡ ਹੈ ਸੁਸਾਇਟੀਆਂ ਦੇ ਥਰੂ ਤੁਸੀਂ ਅਡੈਂਟ ਲਿਆ ਹੋਇਆ ਉਹਨੂੰ ਪੂਰਾ ਕਰੋ। ਇਹੀ ਇਹਨਾਂ ਨੂੰ ਅੱਜ ਆਪਾਂ ਇੱਥੇ ਧਰਨੇ ਦੇ ਵਿੱਚ ਆਣ ਕੇ ਕਹਿਣ ਆਏ ਹਾਂ। ਸੋ ਉਮੀਦ ਕਰਦੇ ਹਾਂ ਵੀ ਸਾਡੀ ਇਸ ਜੀ ਅੱਜ ਦੀ ਰੋਸਮਈ ਧਰਨੇ ਦੇ ਵਿੱਚ ਆਣ ਕੇ ਸਾਨੂੰ ਇਹ ਵਿਸ਼ਵਾਸ ਦਿਵਾਉਣਗੇ, ਜੇਕਰ ਇਹ ਵਿਸ਼ਵਾਸ ਨਹੀਂ ਦਿਵਾਉਂਦੇ ਤਾਂ ਅੱਗੇ ਤੋਂ ਜਿਹੜਾ ਸਾਡਾ ਧਰਨਾ ਹੈ ਹੋਰ ਵੀ ਤਿੱਖਾ ਕੀਤਾ ਜਾਵੇਗਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।